بسم الله الرحمن الرحيم. اللهم اغفر لي بك الحجة بن الحسن عليه السلام صلواتك عليه وعلى آله في هذه الساعة وفي كل ساعة. وليا وحافظا وقائدا وناصرا ونبيا وعلما أتاه شأنه وزاد قولا وتمتعه فيها تقيا. یا رب محمد والے محمد صلی اللہ علیہ محمد والے محمد واجل خدا محمد صلی اللہ علیہ محمد صلی اللہ علیہ محمد بے روزگار روزگار
مومن شب محشر کا راستہ ہے،
लेकिन आए हर दौर में हर मोमेंट में बात है सच्चे अनुभव होना मैं तो एक मंजूर है बात करने में हर दौर में मोमेंट में बात है कुरान की नस्ते नाम सूरह तौबा आयत नंबर 109 या अय्युल्लज़ीन आमनु तक़ुल्लाह व कुनु मा सादिकीन ऐ ईमान वालों तक्वा इख्तियार करो और सच्चा सच्चे अनुभव हो जाओ हर दौर में मोमेंट में बात है सच्चे अनुभव होना और हर दौर में बात है किसे सच्चे ना होना इमाम नबी के काम कर सके वो बुलंद आवाज में परिवार में हमारा
छोटी सब लगो हाथी का बैर नहीं छोड़े।
Thank you.
اسلامی سال پہلے نے اس بارے پر بات
ਦੀ ਤਰ੍ਹਾਂ ਦੀ ਥੀ ਰਹਿਦਾ ਇਹਨਾਂ ਕੋਮਨਾਂ ਨੂੰ ਸੀ ਅਸਣੀਆਂ ਇਤਨਾ ਦੇ ਸਰੇ ਇਹ ਇੱਕ ਵਾਰੀ ਮਦੀ ਕੇ ਜਾ ਰਹੇ ਸਾਰਾ ਤੋਂ ਤਾਂ ਨਹੀਂ ਰਹਿਣਾ ਚਾਹਤ ਰਹਾ।
Yeah.
ਦਿੱਤਾ ਹੈ ਉੱਥੇ ਬੰਦਿਆਂ ਅੱਗ ਲਾਈ ਆ। ਅਗਲੀ ਹੁਸੈਨ ਇਹੋ ਜਿਹੀ ਗੱਲ ਕੀਤੀ ਹੈ ਮਦੀਨੇ ਦੀ ਨਗਰੀ ਹਲ ਗਈ ਆ ਦੈ ਨਾ ਨਾ ਅੱਧਾ ਮਦੀਨਾ ਬੂਹੇ ਨੂੰ ਧੱਕਾ ਮਾਰਨ ਵਾਲਾ ਅੰਦਰੋਂ ਕੱਲੀ ਤੇਰੀ ਧੀ ਆਏ ਜਿਹੜੇ ਦੋਆਂ ਤਰਾ ਕੇ ਆਦੀ ਆਈ ਬਾਬਾ ਕਬਰ ਛੋ ਜੀ ਬਾਬਾ ਜੀ ਬਾਬਾ ਸ਼ਰਮ ਨਾ ਕਰੋ ਸ਼ਰਮ ਨਾ ਕਰ ਗਰੀਬ ਦਾ ਕੰਮ ਹੈ ਮੌਸਮ ਹੈ ਗਰੀਬਾਂ ਨੂੰ ਰੋਵਣ ਦਾ ਮੈਂ ਲੱਖ ਵਾਰੀ ਆਖਾਂ ਅਜ਼ਾਦਾਰੋ ਜਿਹੜੇ ਵੇਲੇ ਗੱਲ ਖਤਮ ਹੋਈਏ ਮੁਹੰਮਦ ਅਰਬੀ ਦੇ ਹੰਝੂ ਡੱਠੇ ਪੁੱਤਰਾਂ ਦੇ ਮੂੰਹ ਚੁੰਮ ਕੇ ਆ ਦੇਣ ਹਸਨ ਹੁਸੈਨ ਦੁਆਈ ਨਾ ਮੰਗਾਓ ਘਰ ਟੁਰ ਜਾਓ ਮਾਂ ਮਰ ਗਈ ਨੇ ਉਹ ਮਰ ਗਈ ਨੇ ਜਿਹੜੀ ਚੱਕੀਆਂ ਪੀ ਪੀ ਪਲੈਂਦੀਆਂ ਮੇਰੇ ਹੱਲ ਵੇਖਿਆ ਹੈ ਜਿਹੜੇ ਮਾਤਮੀ ਜਵਾਨ ਹੋ ਕੋਈ ਬੱਚੇ ਗਲੀਏ 'ਚ ਹੌਸਲਾ ਹੌਸਲਾ ਹੱਥ ਪਕੜ ਲਓ ਜਵਾਨ ਦੇ ਕੋਈ ਬੱਚੇ ਗਲੀਏ 'ਚ ਖੇਡਦੇ ਪਏ ਹੋਵੇਣ ਕੋਈ ਬੰਦਾ ਕਿਹਾ ਕਿ ਤੁਸੀਂ ਖੇਡਦੇ ਪਏ ਹੋ ਘਰ ਤੁਹਾਡੀ ਮਾਂ ਮਰ ਗਈ ਹੈ ਬੱਚੇ ਕੇ ਕਰੇ ਸਣ ਪਹਿਲੇ ਉਹਦੇ ਮੂੰਹ ਵੱਲ ਵੇਖਦੇ ਰਹਿ ਸਣ ਜਦਾਂ ਪੱਕ ਲੱਗਵੇ ਸੀ ਮਜ਼ਾਕ ਨਹੀਂ ਵੱਤ ਜੁੱਤੀਆਂ ਨਹੀਂ ਪੈਂਦੇ ਵੱਤ ਬੱਚੇ ਖਿਲਾਉਣੇ ਨਹੀਂ ਚਾਹੁੰਦੇ ਅੰਮਾ ਅੰਮਾ ਕਰਦੇ ਘਰਾਂ ਤੋਂ ਭੱਜ ਪਾਉਂਦੇ ਨੇ ਸ਼ੀਆ ਸੁੰਨੀ ਫਿਰਾਵਾਂ ਦੱਸਣ ਵਾਲੇ ਮੁਸਤਫਾ ਜੋੜੀ ਇੰਜ ਨਿਕਲੀਏ ਜਾਬਰ ਇਬਨ ਅਬਦੁੱਲਾ ਦੇ ਇੱਕ ਗਲੀ ਦੇ ਮੋੜ 'ਚ ਹੁਸੈਨ ਮੂੰਹ ਦੇ ਭਾਰ ਚੜਿਆ ਨਿੱਕੀਆਂ ਨਿੱਕੀਆਂ ਬਾਈ ਵਧਾ ਗਿਆ ਦੇ ਹਸਨਾ ਮੇਰੀ ਨਜ਼ਰ ਮੁੱਕ ਗਈ ਹੈ ਅਲਹਮਦੁਲਿਲਾ ਅਲਹਮਦੁਲਿਲਾ ਸਦਕੇ ਬਈ ਸਦਕੇ ਇਹ ਤਾਂ ਹੋਰ ਰੰਗ ਪਿਆ ਬਣਦਾ ਮਜਲਿਸ ਕਜ਼ਾ ਦਾ ਮੈਂ ਲੱਖ ਵਾਰੀ ਆਖਾਂ ਹਸਨਾ ਮੇਰੀ ਨਜ਼ਰ ਮੁੱਕ ਗਈ ਹੈ ਜਿਹੜੇ ਵੇਲੇ ਦਾ ਨਾਨੇ ਦੱਸਿਆ ਜੋ ਅੰਮਾ ਮਰ ਗਈ ਹੈ ਮੈਨੂੰ ਕੁਝ ਨਜ਼ਰ ਨਹੀਂ ਪਿਆ ਆਉਂਦਾ ਇਹ ਮੇਰੀ ਜ਼ਾਕਰੀ ਦਾ ਔਖਾ ਵੈਣ ਜਿਹੜਾ ਹੁਣ ਪਿਆ ਕਰੇ ਨਾ ਹਸਨ ਹੁਸੈਨ ਆਦਿਨ ਜਦਾਂ ਅਸੀਂ ਬੂਹੇ 'ਤੇ ਗਏ ਬਾਬਾ ਅਲੀ ਏ ਇਕੱਲੇ ਨਹੀਂ ਬਾਬੇ ਦੇ ਮੋਢੇ 'ਤੇ ਬੇਲ ਚਏ ਅਲੀ ਛੜੇ ਹੋਏ ਦਰਵਾਜ਼ੇ 'ਤੇ ਮੱਥਾ ਲਾ ਕੇ ਆਦਾ ਹਾਏ ਜ਼ਹਰਾ ਮਰਹਬਾ ਹਾਏ ਦਾ ਵੈਣ ਕਰੇ ਜਿਤਨੇ ਰੋਂਦੇ ਪਏ ਸਦਾਰੋ ਅਲੀ ਵੈਣ ਕਰਕੇ ਆ ਦੇਣ ਹਾਏ ਜ਼ਹਰਾ ਹਾਏ ਗਰੀਬੀ ਹਸਨ ਦਾਮਾ ਨੇ ਜਹਾਦ ਪਾ ਗਿਆ ਦੇ ਬਾਬਾ ਅੰਮਾ ਮਰ ਗਈ ਏ ਤੁਸੀਂ ਕਿਨ ਪੈ ਵੈਂਦੇ ਹੋ ਹੁਣ ਮਰਦੇ ਹੋ ਤਾਂ ਮਰ ਜਾਓ ਅਲੀ ਆ ਦੇ ਤੁਸੀਂ ਮਾਂ ਨੂੰ ਮਿਲੋ ਮੈਂ ਜ਼ਹਰਾ ਦੀ ਕਬਰ ਬਣੇ ਨਾ ਉਹ ਸ਼ੀਆ ਕਬਰ ਦਾ ਨਾਮ ਹੈ ਹਸਨ ਆ ਦੇ ਕੰਬਰ ਨੂੰ ਭੇਜੋ ਸਲਮਾਨ ਨੂੰ ਭੇਜੋ ਅਲੀ ਵੈਣ ਕਰਕੇ ਆਦੇ ਜਿਹੜਾ ਵੈਂਦਾ ਅਗੋ ਉਮਤ ਮਰੇਂਦੀ ਏ ਹਰ ਕੋਈ ਆਦੇ ਜ਼ਹਰਾ ਦੀ ਕਬਰ ਦੀ ਜਾ ਯਾ ਜ਼ਹਰਾ ਜੀ ਬਾਬਾ ਜੀ ਬਾਬਾ ਮਰਹਬਾ ਛਲ ਜਾਈਆਂ ਸੋਹਣੇ ਲੱਗਦੇ ਗਰੀਬ ਦੇ ਕੰਮ ਚ ਰੋਂਦੇ ਜੀ ਬਾਬਾ ਲੱਖ ਵਾਰੀ ਆਖਾਂ ਹਰ ਕੋਈ ਆਦੇ ਜ਼ਹਰਾ ਦੀ ਕਬਰ ਦੀ ਜਾ ਕੋਈ ਨਹੀਂ ਇਹੋ ਵਜ੍ਹਾ ਜੋ ਮੌਲਾ ਅਲੀ 40 ਕਬਰਾਂ ਬਣਾਈਆਂ ਹਸਨ ਦੀ ਮਾਂ ਦੀਆਂ ਅਜ਼ਾਦਾਰੋ ਲੱਖ ਵਾਰੀ ਆਖਾਂ ਜੋੜੀ ਭਜਦੀ ਆਈਏ ਦਰਵਾਜ਼ੇ ਖੁੱਲਦੇ ਆਏ ਨਾ ਸਾਰਿਆਂ ਤੋਂ ਪਹਿਲੇ ਹਸਨ ਅਮੀਰ ਮਾਂ ਦੇ ਗੱਲ 'ਚ ਬਾਈ ਪਾ ਲਈਆਂ ਹੁਸੈਨ ਦੀ ਕਿਹੜੀ ਹਾਲਤ ਸੱਜੇ ਟੁਰਦੇ ਨੇ ਵੱਲ ਖੱਬੇ ਟੁਰਦੇ ਨੇ ਜਿਹੜੇ ਵੇਲੇ ਹਸਨ ਨੇ ਬਾਈ ਕੱਢੀਆਂ ਹੁਸੈਨ ਬਾਈ ਵਧਾਈਆਂ ਕਾਲੋ ਇੰਨਾ ਲਿਲਾ ਹੁਸੈਨ ਮਾਂ ਦਾ ਮੋਢਾ ਹਲਾ ਗਿਆ ਦੇ ਪੱਗ ਲੱਗ ਗਿਆ ਮੈਂ ਕਰਬਲਾ ਦਾ ਗਰੀ ਹਾਏ ਹਾਏ ਅੰਮਾ ਅਮੀਰ ਨੂੰ ਰੱਜ ਰੱਜ ਮਿਲੀਏ ਮੇਰੀ ਮਜਾਲ ਨਹੀਂ ਮੈਂ ਜ਼ਹਰਾ ਦਾ ਗੁਸਲੋ ਕਫਨ ਪੜਾ ਅਲਬਤਾ ਮੈਂ ਇਸ਼ਾਰਾ ਕਰਨਾ ਚਾਹਨਾ ਜਵਾਨੋ ਬਤੂਲ ਦਾ ਜਨਾਜ਼ਾ ਤਿਆਰ ਹੋਇਆ ਅਲੀ ਦਾ ਵੈਣ ਹਸਨ ਲਾਲ ਵੇਖਿਆ ਕੋਈ ਸੱਜਣ ਮੂੰਹ ਵੇਖਣ ਤੋਂ ਰਹੇ ਨਗੀ ਹੋਵੇ ਹੌਲੇ ਹੌਲੇ ਆਦੇ ਬਾਬਾ ਹਰ ਕੋਈ ਆਇਆ ਕਰਬਲਾ ਦਾ ਗਰੀਬ ਨਹੀਂ ਆਇਆ ਤੁਹਾਡੀ ਹਾਏ ਨਿਕਲੀ ਅਲੀ ਤੇਜ਼ ਕਦਮ ਚਾਕ ਟੁਰੇ ਨੂੰ ਹੁਸੈਨ ਨੂੰ ਮਿੱਟੀਆਂ ਤੂੰ ਚਾਹ ਕੇ ਹਾਂ ਨਾ ਲਾਇਆ ਮੂੰਹ ਚੁੰਮ ਕੇ ਆਦਿਨ ਹੈ ਸ਼ਬੀਰ ਅੰਮਾ ਨਾਲ ਨਾਰਾਜ਼ੇ ਆਦੇ ਨਹੀਂ ਬਾਬਾ ਅਮੀਰ ਨੂੰ ਰਾਜ ਰਾਜ ਮਿਲੀਏ ਮਾਂ ਗਰੀਬ ਨੂੰ ਗੱਲ ਨਹੀਂ ਲਾਇਆ ਅਲੀ ਆਦੇ ਅੰਮਾ ਨਾਲ ਕਿਵੇਂ ਮਨੀ ਨੇ ਗਰੀਬ ਆਦੇ ਅੰਮਾ ਇੰਜ ਬੁਲਾਵੇ ਜਿਵੇਂ ਮਰੀਮ ਈਸਾ ਨੂੰ ਸਦਿਆ ਹਾ ਜੈਂਦੇ ਮਸਲਾ ਕਿਚ ਮਾਤਮ ਜੈਜ਼ ਅਜੇ ਅਲੀ ਮਈਅਤ ਨਹੀਂ ਪਹੁੰਚੇ ਜ਼ਹਰਾ ਦਾ ਜਨਾਜ਼ਾ ਹਲਿਆ ਦੋਏ ਬਾਈ ਵਧਾ ਕਿਆ ਦੀਏ ਆਓ ਮੇਰਾ ਭਜਦੇ ਘੋੜੇ ਤੋਂ ਲਹਣ ਮਰਹਬਾ ਮਰਹਬਾ ਸਦਕਾ ਸਦਕਾ ਅੱਲਾ ਰਾਜ਼ੀ ਹੋਵੇ
ਅਗਲਾ ਵੈਣ ਕਰਕੇ ਦੀ ਆ ਬਿਸਮਿਲਾ ਮੇਰਾ ਘੋੜੇ ਦੇ ਸੁਮਾ ਤਲੇ ਪਮਾਲ ਹੋਣ ਵਾਲਾ ਹੁਸੈਨ ਉਹ ਸ਼ੀਆਂ ਸੁਣੀਆਂ ਮਾਂ ਦੇ ਗੱਲ ਚ ਬਾਈ ਪਾ ਲਈਆਂ ਪਹਿਲਾ ਵੈਣ ਕਰਕੇ ਦੇ ਅੰਮਾ ਨਰਾਜ਼ ਨੋਵੀ ਮੈਂ ਕਰਬਲਾ ਦਾ ਗਰੀਬ ਹਾਂ ਜਵਾਨੋ ਤੁਹਾਡੀ ਹਾਏ ਨਿਕਲੀਏ ਜਬਰਾਈਲ ਤੋਂ ਅਰਸ ਛੁੱਟ ਗਿਆ ਅਲੀ ਦੇ ਕੋਲ ਆ ਕੇ ਪਿਆ ਦੇਣ ਯਾ ਅਲੀ ਅੱਲਾ ਪਿਆ ਦੇ ਹੂਰਾਂ ਦੇ ਵਾਲ ਖੁੱਲ ਗਏ ਮਲਾਇਕਾ ਤਸਬੀਹ ਛੋੜ ਦਿੱਤੀ ਏ ਜਿਤਨਾ ਹੋ ਸਕੇ ਸ਼ਬੀਰ ਨੂੰ ਮਾਂ ਦੇ ਮਈਅਤ ਦੂਰ ਕਰ ਲਓ ਓਏ ਜਵਾਨੋ ਇੱਕ ਪਾਸੋਂ ਭੈਣਾ ਨੱਪਿਆ ਇੱਕ ਪਾਸੋਂ ਅਲੀ ਸਾਈਆਂ ਦੇ ਕੇ ਬੋਸੇ ਦੇ ਕੇ ਮਾਂ ਦੇ ਮਈਅਤ ਦੂਰ ਕੀਤਾ ਲਿਆ ਕੁਰਾਨ ਮੈਂ ਹੱਥ ਰੱਖ ਦੇਣਾ ਕਿਸਮਤ ਰਬਾਬ ਦੀ ਧੀ ਸਕੀਨਾ ਦੀ ਓਏ ਜਵਾਨੋ ਜਡਾਂ ਹੱਥ ਲੈਂਦੀ ਆਈ ਸ਼ਿਮਰ ਤਮਾਚੇ ਮਰੇਂਦਾ ਜਿਹੜੀ ਕਾਤ ਲੱਗਿਆ ਤ ਬਣ ਕੇ ਆਦੀ ਆਈ ਮੈਂ ਹੱਥ ਲਾਇਆ ਯਾ ਜ਼ਹਰਾ ਜੀ ਬਾਬਾ ਸੁਣ ਲੱਗਦੇ ਹੋ ਜਵਾਨ ਗਰੀਬਾਂ ਦੇ ਕੰਮ ਵਿੱਚ ਰੋਂਦੇ ਜਿਹੜਾ ਜੁਮਲਾ ਮੈਂ ਹੁਣ ਪਿਆ ਦਾ ਤੁਸਾਂ ਬਰਦਾਸ਼ਤ ਨਹੀਂ ਕਰ ਸਕਣਾ ਅੱਧ ਰਾਤ ਦਾ ਟਾਈਮ ਏ ਜ਼ਹਰਾ ਦਾ ਜਨਾਜ਼ਾ ਗਲੀਆਂ ਦੇ ਮੋੜ ਕਟੇਂਦਾ ਦੇ ਰਾਜ ਕੇ ਮਾਤਮ ਕਰਿਆ ਏ ਹੁਸੈਨ ਨਿੱਕਾ ਜਿਹਾ ਅਮਾਮਾ ਲਹਾਇਆ ਬਾਬੇ ਦੇ ਕਦਮਾਂ ਤੇਰਾ ਗਿਆ ਦੇ ਬਾਬਾ ਅੰਮਾ ਦਾ ਜਨਾਜ਼ਾ ਖਲਾਰੋ ਮੈਂ ਮਦੀਨੇ ਵਾਲਿਆਂ ਨਾਲ ਕੋਈ ਗੱਲ ਕਰਨੀ ਏ ਹੁਸੈਨ ਉੱਚੀ ਜਿਹੀ ਜਾ ਤੇ ਆਇਆ ਹੱਕਲ ਮਾਰ ਕਿਆ ਦੇ ਮਦੀਨੇ ਆਲਿਓ ਮੁਬਾਰਕ ਨੇ ਜ਼ਹਰਾ ਮਰ ਗਈ ਏ ਉਹ ਮਰ ਗਈ ਏ ਜਿਹਦੀ ਵਜ੍ਹਾ ਤੋਂ ਤੁਹਾਨੂੰ ਨਿੰਦਰ ਨਾ ਆਉਂਦੀ ਨਾਨੇ ਦੀ ਕਬਰ ਤੋਂ ਮੂੰਹ ਕਰਕੇ ਆਦੇ ਏ ਅਜਰਈ ਦੀ ਨ ਸਿਖਾਵਣ ਦਾ ਜਿਹੜਾ ਧੀ ਤੇਰੀ ਨੂੰ ਹਾਇਓ ਠੀਆ ਹੈ ਜ਼ਖਮੀ ਜ਼ਹਰਾ مالک اللہ عبادت قبول فرمائے امام زمان دے ظہور تے وصیا علم الذین ظلموا